ਪਉ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀ ਤੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੀਐਮ ਭਗਵੰਤ ਮਾਨ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ ਤੇ ਛੁੱਟੀ ਮਿਲਦੇ ਹੀ ਸੀਐਮ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਹੈ ਇੱਕ ਵੱਡੀ ਮੀਟਿੰਗ ਰੱਖ ਲਈ ਹੈ ਤਾਂ ਸਾਰੇ ਮੰਤਰੀਆਂ ਨੂੰ ਮੀਟਿੰਗ ਵਿੱਚ ਸੱਦੇਗਾ ਖਾਸ ਕਰਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਰਹਿਣਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗ੍ਰਹਿ ਨਿਵਾਸ ਦੇ ਉੱਤੇ ਮੀਟਿੰਗ ਰੱਖੀ ਗਈ ਆ ਮੁੱਖ ਮੰਤਰੀ ਗ੍ਰਹਿਣ ਵਾਸਤੇ ਉੱਤੇ ਮੀਟਿੰਗ ਰੱਖੀ ਗਈ ਆ ਬੀਤੇ 3 ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣੇ ਕਾਫੀ ਬਿਮਾਰ ਚੱਲ ਰਹੇ ਸੀਗੇ ਤੇ ਫੇਫੜੇ ਦੇ ਵਿੱਚ ਇਨਫੈਕਸ਼ਨ ਦੀ ਜਿਸ ਨੂੰ ਲੈ ਕੇ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਐਡਮਿਟ ਰਹੇ ਤਾਂ ਹੁਣ ਉਹਨਾਂ ਨੂੰ ਛੁੱਟੀ ਮਿਲ ਗਈ ਹਾਲਾਂਕਿ ਬੀਤੇ ਜੇ ਗੱਲ ਕਰ ਲਈਏ ਤਾਂ ਜੋ ਰਿਪੋਰਟ ਬ੍ਰਿਲੇਟਨ ਆਈ ਹੈ ਜੋ ਰਿਪੋਰਟ ਆਈ ਹੈ ਹਸਪਤਾਲ ਤੋਂ ਦੇ ਮੁਤਾਬਿਕ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਸਗੈ ਤਾਂ ਉੱਥੇ ਹੀ ਉਹਨਾਂ ਨੂੰ ਜਿਹੜੇ ਸਪੀਕਰ ਕੁਲਤਾਰ ਸਿੰਘ ਸੰਤਵਾ ਮੰਤਰੀ ਹਰਪਾਲ ਚੀ ਮਹਰਜੋਤ ਸਿੰਘ ਬੈਂਸ ਤੇ ਹੋਰ ਜਿਹੜੇ ਕਾਫੀ ਸਾਰੇ ਮੰਤਰੀ ਜਿਹੜੇ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਸਿਹਤ ਯਾਪੀ ਲਈ ਅਰਦਾਸ ਵੀ ਕੀਤੀਆਂ ਉਹਨਾਂ ਦਾ ਇਹ ਹਾਲਚਾਲ ਪੁੱਛ ਕੇ ਵੀ ਆਇਆ ਤਾਂ ਉੱਥੇ ਹੁਣ ਸੀਐਮ ਮਾਨ ਉਹਨਾਂ ਨੂੰ ਛੁੱਟੀ ਮਿਲ ਗਈ ਤੇ ਸੀਐਮ ਮਾਨ ਘਰ ਦੇ ਲਈ ਰਵਾਨਾ ਹੋ ਚੁੱਕੇ ਨੇ ਤੇ ਉਹਨਾਂ ਨੇ ਮੀਟਿੰਗ ਵੀ ਰੱਖ ਲਈ ਤੇ ਅੱਜ ਸ਼ਾਮ ਨੂੰ 5 ਵਜੇ ਹੀ ਮੀਟਿੰਗ ਹੋਵੇਗੀ ਤਾਂ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਦੱਸਣ ਮੁਤਾਬਕ ਤੇ ਮੰਤਰੀ ਹਰਪਾਲ ਸਿੰਘ ਜੀ ਮਾਣਾ ਦੱਸਣ ਮੁਤਾਬਕ ਕੋ ਹਸਪਤਾਲ ਦੇ ਵਿੱਚ ਰਹਿੰਦੇ ਹੋਏ ਵੀ ਕੰਮ ਕਰ ਰਹੇ ਸੀ ਕਈ ਫਾਈਲਾਂ ਉਹਨਾਂ ਨੇ ਸਾਈਨ ਕੀਤੀਆਂ ਤਾਂ ਉਹਨਾਂ ਨੇ ਮੀਟਿੰਗ ਸੱਦ ਲਈ ਹੈ ਕਿਸਾਨਾਂ ਨੂੰ ਲੈ ਕੇ ਮੀਟਿੰਗ ਸੱਦੀ ਹੈ ਤੇ ਨਾਲ ਹੀ ਜੋ ਮੰਡੀਆਂ ਦੇ ਪਰਕਿਊਰਮੈਂਟ ਨੂੰ ਲੈ ਕੇ ਉਹਨਾਂ ਨੇ ਮੀਟਿੰਗ ਸੱਦੀ ਆ ਜੋ ਉਹਨਾਂ ਦੀ ਹਾਲਤ ਖਸਤਾ ਉਹਨਾਂ ਨੂੰ ਲੈ ਕੇ ਮੀਟਿੰਗ ਸੱਦੀ ਗਿਆ ਤਾਂ ਵੱਡਾ ਐਲਾਨ ਸ਼ਾਮ ਤੱਕ ਹੋ ਸਕਦਾ ਸਕਤੀ ਵੀ ਦਿਖਾਈ ਜਾ ਸਕਦੀ ਹੈ ਕਿਉਂਕਿ ਚੂਨੇ ਦੀ ਖਰੀਦ ਹੋਣੀ ਹੈ ਚੂਨੇ ਦੀ ਖਰੀਦ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਕਿਸਾਨ ਆਪਣੀ ਫਸਲ ਨੂੰ ਵੱਢ ਕੇ ਮੰਡੀਆਂ ਦੇ ਵਿੱਚ ਲਿਜਾ ਰਹੇ ਨੇ ਤਾਂ ਉਸ ਨੂੰ ਲੈ ਕੇ ਸੀਐਮ ਮਾਨ ਵੱਡਾ ਫੈਸਲਾ ਲੈ ਸਕਦੇ ਕਿਸਾਨਾਂ ਦੇ ਲਈ ਐਲਾਨ ਕਰ ਸਕਦੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਐਮ ਮਾਨ ਨੇ ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਵੱਡੀ ਮੀਟਿੰਗ ਰੱਖ ਲਈ ਹੈ ਮੀਟਿੰਗ ਦਾ ਸੱਦਾ ਦਿੱਤਾ 5 ਵਜੇ ਸ਼ਾਮ ਨੂੰ ਮੁੱਖ ਮੰਤਰੀ ਨਿਵਾਸ ਦੇ ਉੱਤੇ ਮੀਟਿੰਗ ਉਹ ਵੀ ਖਾਸ ਕਰਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਰਹਿਣਗੇ ਮੰਡੀਆਂ ਦੇ ਵਿੱਚ ਜੋ ਸਮੱਸਿਆਵਾਂ ਆ ਰਹੀਆਂ ਉਹਨਾਂ ਸਮੱਸਿਆਵਾਂ ਨੂੰ ਲੈ ਕੇ ਗੱਲਬਾਤ ਹੋ ਸਕਦੀ ਕਿਸਾਨਾਂ ਨੂੰ ਜੋ ਸਮੱਸਿਆਵਾਂ ਆ ਰਹੀਆਂ ਉਹਨਾਂ ਨੂੰ ਲੈ ਕੇ ਗੱਲਬਾਤ ਹੋ ਸਕਦੀ ਤਾਂ ਤਸਵੀਰਾਂ ਦੇਖ ਸਕਦੇ ਹੋ ਮੁੱਖ ਮੰਤਰੀ ਵਾਨ ਸਿੰਘ ਮਾਨ ਆਪਣੇ ਆਪ ਤੁਰ ਕੇ ਗੱਡੀ ਦੇ ਵਿੱਚ ਬੈਠਦੇ ਨਜ਼ਰ ਆ ਰਹੇ ਹਾਲਾਂਕਿ ਜੇ ਬੀਤੇ ਕੱਲ ਦੀ ਗੱਲ ਕਰ ਲਈਏ ਤਾਂ ਕੱਲ ਸਵੇਰ ਤੱਕ ਇੱਕ ਸਸਪੈਂਸ ਬਣਿਆ ਹੋਇਆ ਸੀਗਾ ਕਿ ਮੁੱਖ ਮੰਤਰੀ ਦੀ ਸਿਹਤ ਜਿਹੜੀ ਕਿਵੇਂ ਦੀ ਹੋ ਸਕਦੀ ਕਿਹੋ ਜਿਹੀ ਹਾਲਾਤ ਹੋ ਸਕਦੇ ਨੇ ਕਿਤਨੇ ਕਿਤੇ ਡਰ ਬਣਿਆ ਹੋਇਆ ਸੀਗਾ ਕਿਉਂਕਿ ਸਿਹਤ ਜਿਹੜੀ ਉਹਨਾਂ ਦੀ ਕਾਫੀ ਪਹਿਲਾਂ ਖਰਾਬ ਸੀਗੀ ਜਿਸ ਕਰਕੇ ਬਾਕੀ ਮੰਤਰੀ ਵੀ ਦੇਦਲਾਂ ਦੇ ਵਿੱਚ ਡਰ ਬਣਿਆ ਸੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਐਸ ਵੇਲੇ ਦੀ ਸਾਂਝੀ ਕਰ ਰਹੇ ਆ ਮੁੱਖ ਮੰਤਰੀ ਭਗਵੰਤ ਜੀ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਤਾਂ ਉਹਨਾਂ ਨੇ ਮੀਟਿੰਗ ਰੱਖ ਲਈ ਇੱਕ ਵੱਡੀ ਮੀਟਿੰਗ ਉਹਨਾਂ ਦੇ ਵੱਲੋਂ ਰੱਖ ਲਈ ਗਈ ਆ ਤਾਂ ਜਿਸ ਦੇ ਬਾਅਦ ਹੁਣ ਵੱਡਾ ਫੈਸਲਾ ਲੈ ਸਕਦੇ ਉਸ ਮੀਟਿੰਗ ਵਿੱਚ ਗੱਲ ਕਰ ਲਈਏ ਤਾਂ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਆ ਉਹ ਗੱਲਬਾਤ ਕਰਨਗੇ ਮੰਡੀਆਂ ਨਾਲ ਰਿਲੇਟਡ ਜਿਹੜੀ ਆ ਉੱਥੇ ਗੱਲਬਾਤ ਕਰਨਗੇ ਤਾਂ ਵੱਡਾ ਫੈਸਲਾ ਲੈ ਸਕਦੇ ਕਿਸਾਨਾਂ ਨੂੰ ਜੋ ਪ੍ਰੋਬਲਮ ਆਉਂਦੀ ਆ ਮੰਡੀਆਂ ਵਿੱਚ ਪ੍ਰੋਕਿਊਰਮੈਂਟ ਨੂੰ ਲੈ ਕੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਛੁੱਟੀ ਮਿਲਦੇ ਆਂ ਸੀਐਫ ਮਾਨ ਮੀਟਿੰਗ ਰੱਖ ਲਈ ਆ ਮੀਟਿੰਗ ਰੱਖ ਲਈ ਹੈ ਮੁੱਖ ਮੰਤਰੀ ਗ੍ਰਹਿ ਨਿਵਾਸ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਤਾਂ ਵੱਡੀ ਅਪਡੇਟ ਹੈ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੌਕੇ ਦੀਆਂ ਤਸਵੀਰਾਂ ਫੋਰਟੀ ਹਸਪਤਾਲ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆਹੋ ਕੈਪ ਲੈ ਕੇ ਖੁਦ ਤੁਰ ਕੇ ਗੱਡੀ ਦੇ ਵਿੱਚ ਬਹਿੰਦੇ ਨੇ ਉਸ ਤੋਂ ਬਾਅਦ ਆਪਣੇ ਗ੍ਰਹਿ ਨਿਵਾਸ ਵੱਲ ਉਹਨਾਂ ਦਾ ਕਾਫਲਾ ਵੱਧ ਆਇਆ ਤਾਂ ਹੁਣ ਉਹਨਾਂ ਨੇ ਮੀਟਿੰਗ ਰੱਖ ਲਈ ਹੈ ਮੰਡੀਆਂ ਨੂੰ ਲੈ ਕੇ ਮੰਡੀਆਂ ਦੀ ਪ੍ਰਕਿਊਰਮੈਂਟ ਨੂੰ ਲੈ ਕੇ ਮੀਟਿੰਗ ਰੱਖੀ ਗਈ ਹੈ ਜੋ ਵੀ ਖਸਤਾ ਹਾਲਤ ਹੈ ਮੰਡੀਆਂ ਦੇ ਜਾਂ ਸਮੱਸਿਆਵਾਂ ਆ ਰਹੀਆਂ ਨੇ ਜਾਂ ਫਸਲ ਮੌਕੇ ਤੇ ਨਹੀਂ ਖਰੀਦੀ ਜਾ ਰਹੀ ਜਾਂ ਜੋ ਵੀ ਪ੍ਰੋਬਲਮ ਆ ਰਹੀ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਤਬਦੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ